ਇਸ ਤੋਂ ਬਾਅਦ ਮਿੰਟੂ ਜੇ ਪੱਕ ਗਿਆ ਜੀ ਹੁਣ ਫੇਰ ਕਹਿੰਦੇ ਕਿ ਬਾਈ ਮਾਨ ਸਾਹਿਬ ਨੂੰ ਫੇਰ ਕਹਿੰਦੇ ਕਿ ਸਦਲੇ ਮੀਟਿੰਗ ਵਾਸਤੇ ਕਹਿੰਦੇ ਕਿ ਉਧਰ ਆਉਣਗੇ ਜੀ ਖੱਟਰ ਸਾਹਿਬ ਆਉਣਗੇ ਤੇ ਆਜੋ ਬਾਈ ਐਸਵਾਈਐਲ ਦੇ ਉੱਤੇ ਫੇਰ ਆਪਾਂ ਗੱਲਬਾਤ ਤੋਰਨੀ ਆ ਤਣ ਪਤਨ ਲੱਗੂ ਪਤਨ ਨਹੀਂ ਲੱਗੂ ਵੈਸੇ ਸਮਾਂ ਵੀ ਆਪਣੇ ਕੋਲੇ ਥੋੜਾ ਰਹਿ ਗਿਆ ਵੈਸੇ ਤਾਂ ਜੀ ਜੀ ਨਹੀਂ ਬਸ ਇੰਨਾ ਹੀ ਕਹਿਣਾ ਚਾਹਾਂਗਾ ਕਿ ਮੀਟਿੰਗ ਇੱਕ ਰਸਮੀ ਹੈ ਜੀ ਆਪਾਂ ਨੂੰ ਪਤਾ ਜਨਵਰੀ ਦੇ ਵਿੱਚ ਫੇਰ ਸੁਣਵਾਈ ਆ ਸੁਪਰੀਮ ਕੋਰਟ ਚ ਸੌਰੀ ਜੀ ਤੇ ਦੋਵੇਂ ਮੁੱਖ ਮੰਤਰੀ ਬੈਠਣਗੇ ਉਸ ਤੋਂ ਬਾਅਦ ਉੱਠਣਗੇ ਜੀ ਬਿਆਨ ਉਹੀ ਹੋਣਗੇ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪੋ ਆਪਣੀ ਕੋਠੀ ਚ ਚਾਲੇ ਪਾ ਦੇਣਗੇ ਤੇ ਮੈਂ ਤਾਂ ਕਹਿਣਾ ਹੈ ਕਰਨ ਮਾਨਸੇਬ ਆਖਣ ਵੀ ਐਤ ਕੀ ਭਾਈ ਲਾਈਵ ਹੀ ਚ ਲੰਗੂ ਮਾ ਤੁਹਾੰਦਰੋਂ ਨਹੀਂ ਚਲਾ ਸਕਦਾ ਨਹੀਂ ਚਲਾ ਸਕਦੇ ਪੱਤਰਕਾਰ ਕੋਈ ਚੀ ਥਾਵਾਂ ਤੇ ਤੇ ਲੈ ਜਾ ਨਹੀਂ ਸਕਦੇ ਉਹਨਾਂ ਚੀਕੇ ਆ ਬਾਕੀ ਥਾਵਾਂ ਤੇ ਤੇ ਲੈ ਜਾਂਦੇ ਆ ਜੀ ਕਹਿੰਦੇ ਜੀ ਅਚਨ ਚੇਤੀ ਦौरा ਅਖੇ ਕਿੱਥੇ ਅਚਨ ਚੇਤੀ ਦौरा ਕਿੱਥੇ ਹੁਸ਼ਿਆਰਪੁਰ ਤੇ ਪੱਤਰਕਾਰ ਸਾਰੇ ਚੰਡੀਗੜੀ ਇਹ ਕਿਹੜਾ ਜਨ ਜੀਤੀ ਦौरा ਵੀ ਚੰਡੀਗੜ੍ਹ 'ਇ ਪੱਤਰਕਾਰ ਉੱਤੇ ਬੈਠੇ ਹੈ ਤੇ ਜਾ ਉਹਨਾਂ ਤੋਂ ਕਹਾਦਿਆ ਕਰੋ ਕਿ ਭਾਈ ਅਸੀਂ ਤਾਂ ਨਹੀਂ ਨਹੀਂ ਅਸੀਂ ਇੱਥੇ ਰਹਿਣ ਆ ਗਏ ਆ ਨਹੀਂ ਨਹੀਂ ਅਸੀਂ ਤਾਂ ਦੇ ਭਾਈ ਪੱਟੀ ਬਣ ਕੇ ਲੈ ਕੇ ਆਏ ਆ ਕਿ ਇਹਨਾਂ ਨੂੰ ਨਹੀਂ ਦੱਸਿਆ ਕੁਝ ਵੀ ਇਹ ਆਖਾਂ ਬਣ ਕੇ ਲੈ ਆਏ ਇੱਥੇ ਜੀ ਅੱਛਾ ਚਲੋ ਭਾਈ ਜਿੱਦਾਂ ਚੱਲਦਾ ਕੰਮ ਪਰ ਉਸ ਤੋਂ ਪਹਿਲਾਂ ਇੱਕ ਵੱਡਾ ਜਿਹੜਾ ਬਿਆਨ ਆਇਆ ਨਾ ਜੀ ਕਿ ਭਾਈ ਜਿਹੜਾ ਕੇਂਦਰੀ ਜਲ ਰਾਜ ਮੰਤਰੀ ਆ ਕੇਂਦਰੀ ਰਾਜ ਮੰਤਰੀ ਜਿਹੜਾ ਉਹਨੇ ਕੱਲ੍ਹ ਇੱਕ ਗੱਲ ਕਹੀ ਆ ਸੁਸ਼ੀਲ ਰਿੰਕੂ ਜੀ ਦੇ ਸਵਾਲ ਦੇ ਜਵਾਬ ਚ ਜੀ ਉਹਨ ਕਹਿਆ ਕਿ ਵੇਖੋ ਪਾਣੀ ਸੁਭਾਈ ਮਸਲਾ ਹੈ ਕੇਂਦਰ ਦੇ ਚ ਦਖਲ ਨਹੀਂ ਦੇ ਸਕਦਾ ਅੱਛਾ ਜੀ ਹਾਂ ਜੀ ਖੁਦ ਕੇਂਦਰੀ ਰਾਜ ਮੰਤਰੀ ਕਹਿ ਰਿਹਾ ਹੈ ਨਾ ਉੱਥੇ ਚੀਜ਼ਾਂ ਰਿਕਾਰਡ ਤੇ ਹੋਣਗੀਆਂ ਨੇ ਹਾਂ ਜੀ ਉੱਥੇ ਰਿਕਾਰਡ ਤੇ ਤਾਂ ਬਹੁਤ ਸਿਰੇ ਵਾਲਾ ਰਿਕਾਰਡ ਹੈ ਹਾਂ ਜੀ ਤਾਂ ਮੈਂ ਸਮਝਦਾ ਕਿ ਮਾਨ ਸਾਹਿਬ ਜੀ ਇਸ ਗੱਲ ਨੂੰ ਆਧਾਰ ਬਣਾਉਣ ਕਿਉਂਕਿ ਉੱਥੇ ਖੱਟੜ ਸਾਹਿਬ ਆਪਣੀ ਭਾਜਪਾ ਸਰਕਾਰ ਦੇ ਮੰਤਰੀ ਦੀ ਗਲਟਮੇਚ ਠਲਾਉਂਗੇ ਤੇ ਫਿਰ ਨਾਲ ਇਤਿਹਾਸ ਵੀ ਫੁੱਲਿਆ ਜਾ ਸਕਦਾ ਕਿ ਇਹਦਾ ਮਤਲਬ ਕਿ ਸਾਡੇ ਨਾਲ ਉਹ ਜਿਵੇਂ ਨਾ ਜਿਵੇਂ ਤੂੰ ਕੀਤੀ ਬੜੇ ਹਿਸਾਬ ਨਾਲ ਕੀਤੀ ਨਾ ਜੀ ਜਿਹੜੀ ਤੂੰ ਕੀਤੀ ਸਾਡੇ ਨਾਲ ਬੜੇ ਹਿਸਾਬ ਨਾਲ ਕੀਤੀ ਜਿਵੇਂ ਦਿੱਲੀ ਇਹ ਤੂੰ ਪੰਜਾਬ ਨਾਲ ਕੀਤੀ ਜੀ ਸੋ ਗੱਲ ਇਹ ਆ ਕਿ ਫਿਰ ਤੁਸੀਂ ਉਥੇ ਇਤਿਹਾਸ ਦਾ ਵੀ ਤਾਣਾ ਬੁਣਦੇ ਹੋ ਸਾਰਾ ਜੀ ਕਿ ਭਾਈ ਸਾਡੇ ਨਾਲ ਫਿਰ ਤੁਸੀਂ ਅੱਜ ਤੱਕ ਤੱਕ ਹੀ ਕਰਦੇ ਰਹਿ ਜੇ ਤਕਾਇਆ ਬਾਜੀ ਤਕਾਇਆ ਤੇ ਕੋ ਖਟਰ ਨੂੰ ਖਟਰ ਪੰਜਾਬੀ ਆ ਉਹਨੂੰ ਪੰਜਾਬੀ ਗਾਣੇ ਗੁੰਝਾਉਂਦੇ ਹੁੰਦੇ ਹੋਣਗੇ ਸਮਝਦੇ ਹੋਵਾਂਗੇ ਜੀ ਪੰਜਾਬੀ ਆ ਨਾ ਖਟਰ ਪੰਜਾਬੀ ਬੋਲਦਾ ਬੜੇ ਵਧੀਆ ਉਹ ਪੰਜਾਬੀ ਚ ਗੱਲਾਂ ਕਰਦੇ ਨੇ ਉਹ ਨਹੀਂ ਮੈਨੂੰ ਨਹੀਂ ਸੀ ਪਤਾ ਮੈਂ ਕਦੇ ਗੱਲ ਹੀ ਨਹੀਂ ਕੀਤੀ ਨਾ 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 ਪੰਜਾਬੀ ਨੇ ਆਪਣੇ ਲਓ ਜਿਹੜੀਆਂ ਗੱਲਾਂ ਕੀ ਹੋਇਆ ਕੋਈ ਆਰਐਸਐਸ ਚ ਜਾਣ ਕਰਕੇ ਕੋਈ ਇਹ ਥੋੜੀ ਕਿਉਂ ਪੰਜਾਬੀ ਨਹੀਂ ਰਹਿ ਜਾਂਦਾ ਸੋ ਗੱਲ ਇਹ ਆ ਕਿ ਇਹ ਇੱਕ ਵਧੀਆ ਕਹਿ ਲਉ ਕਿ ਮੁੱਦਾ ਹੈਗਾ ਜਿਹੜਾ ਉੱਥੇ ਉਭਾਰਿਆ ਜਾ ਸਕਦਾ ਜੀ 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 ਚਲੋ ਦੇਖਦੇ ਆ ਮੀਟਿੰਗ ਦੇ ਵਿੱਚ ਕੀ ਨਿਬੜਦਾ ਹੁਣ ਤਾਂ ਮੀਟਿੰਗ ਤਾਂ ਹਲੇ ਦੂਰ ਆ ਵੈਸੇ ਪਰ ਆਪਣਾ ਹਫਤਾ ਨਿਬੜ ਗਿਆ ਜੀ ਜੀ ਲੱਗਦਾ ਘੜੀ ਘੈਰੀ ਆ ਘੜੀ ਘੈਰੀ ਐ ਤੇ ਫਿਰ ਆਪਾਂ ਘੜੀ ਘੈਰੀ ਐ ਹਾਂ ਜੀ ਕੋਈ ਕਮੈਂਟ ਕਿਸੇ ਦਾ ਕੋਈ ਜ਼ਰੂਰੀ ਉਹ ਪੜਦੇ ਹੋ ਤੁਸੀਂ ਤਾਂ ਕਿ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਨਾ ਰਹੇ ਤੇ ਨਾਲ ਅਸੀਂ ਬੇਨਤੀ ਕਰਦੀ ਆ ਕਿ ਕੱਲ ਮੈਂ ਰਜੇਵੇਂ ਕਰਕੇ ਨਹੀਂ ਆਵਾਂਗਾ ਲਾਈਵ ਹਾਂ ਰਿਕਾਰਡਡ ਤੁਹਾਡੀ ਕਚਰੀ ਚੱਸੀ ਜਰੂਰ ਪੇਸ਼ ਹੋਵਾਂਗੇ ਜੀ 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 ਬਿੱਕਰ ਜੀ ਕਹਿ ਰਹੇ ਸੀਗੇ ਕਹਿੰਦੇ ਕਿ ਰਜਿਸਟਰੀਆਂ ਦਾ ਕੰਮ ਰੁਕਣ ਦੇ ਨਾਲ ਪੰਜਾਬ ਸਰਕਾਰ ਨੂੰ ਤਾਂ ਘਾਟਾ ਪੈਂਦਾ ਪਤਾ ਨਹੀਂ ਨਹੀਂ ਪੈਂਦਾ ਪਰ ਲੋਕ ਜ਼ਰੂਰ ਪਰੇਸ਼ਾਨ ਹੁੰਦੇ ਇਹਦੇ ਕਰਕੇ ਕਹਿੰਦੇ ਕਿ ਬਾਈ ਹਾਂ ਉਹ ਗੱਲ ਹੈ ਨਹੀਂ ਖਜ਼ਾਨੇ ਨੂੰ ਘਾਟਾ ਪਏਗਾ ਹਜ਼ੂਰ ਇੱਕ ਜਿਹੜੀ ਰਜਿਸਟਰੀ ਆ ਉਹਦੇ ਚ ਕਿੰਨੇ ਪਰਸੈਂਟ ਖਜ਼ਾਨੇ ਚ ਜਮਾ ਹੋਣਾ ਹੈ ਨਾ ਤੁਹਾਡਾ ਉਹ ਗੱਲ ਹੈ ਬਟ ਇਹ ਕਿਉਂ ਗੱਲ ਵਕਰੀਏ ਕਿ ਬੰਦੇ ਦੀ ਸਿਰ ਤੇ ਜੂਨੀ ਸਰਕਦੀ ਯਾਦ ਗੱਲ ਉੱਤੇ ਭਾਈ ਉਹ ਨਾ ਕਿਉਂ ਘਾਟਾ ਵੀ ਆ ਜਿਹੜਾ ਆਪਣਾ ਇੱਥੇ ਸਮਾਂ ਬਰਬਾਦ ਹੁੰਦਾ ਖੱਜਲ ਖਰੀ ਉਹ ਹੈ ਤੇ ਜਿਹੜਾ ਉਹ ਪੈਸਾ ਆਪਣੇ ਕੋਲ ਹੀ ਆਉਣਾ ਨਾ ਵਿਕਾਸ ਦੇ ਰੂਪ ਚ ਹਾਂਜੀ ਉਹ ਵੀ ਘਾਟਾ ਹੈ ਜੀ 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 ਦੋਹੇ ਪਾਸੇ ਜਨਤਾ ਨੂੰ ਘਾਟਾ ਜੇ ਹਾਂਜੀ 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 ਤੇ ਜਗਤਾਰ ਜੀ ਕਹ ਰਹੇ ਸੀ ਕਿ ਤੰਦ ਨਹੀਂ ਸਾਰੀ ਤਾਣੀ ਉਲਜੀ ਪਈ ਆ ਜੀ ਤੇ ਚਲੋ ਭਾਈ ਹੁਣ ਆਪਾਂ ਕੀ ਕਰ ਸਕਦੇ ਆ ਤਾਂ ਮਾਨ ਸਾਹਿਬ ਨੇ ਹੁਣ ਮਸਲੇ ਸੁਲਝਾਉਣੇ ਆ ਤੇ ਲਾਉਣ ਆਪਣਾ ਕੰਮ ਕਾਜ ਤੇ ਜੋਰ ਤੇ ਇਧਰੋਂ ਆਪਾਂ ਮਾਰੀਏ ਲਾ ਦੇ ਜੋਰ ਹੋਣਾ 2 ਸਾਲ ਐਵੇਂ ਇਧਰ ਉਧਰ ਵਿਆਹ ਉਹ ਵੇਖ ਲੈ ਸਾਰਾ ਕੁਝ ਹੋ ਗਿਆ ਚਲੋ ਇਹਨਾਂ ਦਾ ਵੀ ਪਰਿਵਾਰ ਭਾਈ ਸਭ ਰਾਜੀ ਖੁਸ਼ੀ ਆ ਤੇ ਹੁਣ ਇਧਰੋਂ ਲਾਉਣ ਤਿੰਨ ਕੁ ਸਾਲ ਲਾਉਣ ਜੋਰ ਮੈਂ ਸਮਝਦਾ ਇਹ ਮਾਨ ਸਾਹਿਬ ਦਾ ਨਾਮ ਸੁਨਹਿਰੀ ਅੱਖਰਾਂ ਚ ਲਿਖਿਆ ਜਾਏਗਾ ਜੀ ਜੇ ਹਿੰਮਤ ਮਾਰ ਕੇ ਪੰਜਾਬ ਦੇ ਇਸ ਫਸੇ ਗੱਡੇ ਨੂੰ ਕੱਢ ਦੇਣ ਤੇ ਜੀ ਗੁਜ਼ਾਰੇ ਸ਼ੀ ਕਰ ਸਕਦੇ ਆ ਜੀ 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 ਇਸ ਤੋਂ ਬਾਅਦ ਮਿੰਟੂ ਜੇ ਆਪ ਅੱਗੇ ਆ ਜੀ ਹੁਣ ਫੇਰ ਕਹਿੰਦੇ ਕਿ ਬਾਈ ਮਾਨ ਸਾਹਿਬ ਨੂੰ ਫੇਰ ਕਹਿੰਦੇ ਕਿ ਸਦਲੇ ਮੀਟਿੰਗ ਵਾਸਤੇ ਕਹਿੰਦੇ ਕਿ ਉਧਰ ਆਉਣਗੇ ਜੀ ਖੱਟਰ ਸਾਹਿਬ ਆਉਣਗੇ ਤੇ ਆਜੋ ਬਾਈ ਐਸਵਾਈਐਲ ਦੇ ਉੱਤੇ ਫੇਰ ਆਪਾਂ ਗੱਲਬਾਤ ਤੋਰਨੀ ਆ ਤਣਪਤਨ ਲੱਗੂ ਪਤਨ ਨਹੀਂ ਲੱਗੂ ਵੈਸੇ ਸਮਾਂ ਵੀ ਆਪਣੇ ਕੋਲੇ ਥੋੜਾ ਰਹਿ ਗਿਆ ਵੈਸੇ ਤਾਂ ਜੀ ਜੀ ਨਹੀਂ ਬਸ ਇੰਨਾ ਹੀ ਕਹਿਣਾ ਚਾਹਾਂਗਾ ਕਿ ਮੀਟਿੰਗ ਇੱਕ ਰਸਮੀ ਹੈ ਜੀ ਆਪਾਂ ਨੂੰ ਪਤਾ ਜਨਵਰੀ ਦੇ ਵਿੱਚ ਫੇਰ ਸੁਣਵਾਈ ਆ ਸੁਪਰੀਮ ਕੋਰਟ ਚ ਸੌਰੀ ਜੀ ਤੇ ਦੋਵੇਂ ਮੁੱਖ ਮੰਤਰੀ ਬੈਠਣਗੇ ਉਸ ਤੋਂ ਬਾਅਦ ਉੱਠਣਗੇ ਜੀ ਬਿਆਨ ਉਹੀ ਹੋਣਗੇ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪੋ ਆਪਣੀ ਕੋਠੀ ਚ ਚਾਲੇ ਪਾ ਦੇਣਗੇ ਤੇ ਮੈਂ ਤਾਂ ਕਹਿੰਦਾ ਐ ਕਰਨ ਮਾਨਸਾਬ ਆਖਣ ਵੀ ਐਤ ਕੀ ਭਾਈ ਲਾਈਵ ਹੀ ਚ ਲੰਗੂ ਮੈਂ ਅਥੋਂ ਅੰਦਰੋਂ ਨਹੀਂ ਚਲਾ ਸਕਦੇ ਪੱਤਰਕਾਰ ਕੋਈ ਚੀ ਥਾਮਾਂ ਤੇ ਤੇ ਲੈ ਜਾ ਨਹੀਂ ਸਕਦੇ ਉਹਨਾਂ ਚ ਇੱਕ ਇਹ ਬਾਕੀ ਥਾਮਾਂ ਤੇ ਤੇ ਲੈ ਜਾਂਦੇ ਆ ਜੀ ਕਹਿੰਦੇ ਜੀ ਅਚਨ ਚੇਤੀ ਦੌਰਾ ਅਖੀ ਕਿੱਥੇ ਅਚਨ ਚੇਤੀ ਦੌਰਾ ਕਿੱਥੇ ਹੁਸ਼ਿਆਰਪੁਰ ਤੇ ਪੱਤਰਕਾਰ ਸਾਰੇ ਚੰਡੀਗੜੀ ਇਹ ਕਿਹੜਾ ਅਚਨ ਚੇਤੀ ਦੌਰਾ ਵੀ ਚੰਡੀਗੜੀ ਪੱਤਰਕਾਰ ਉੱਤੇ ਬੈਠੇ ਆ ਤੇ ਜਾ ਉਹਨਾਂ ਤੋਂ ਕਹਾਦਿਆ ਕਰੋ ਕਿ ਭਾਈ ਅਸੀਂ ਤਾਂ ਨਹੀਂ ਨਹੀਂ ਅਸੀਂ ਇੱਥੇ ਰਹਿਣ ਆ ਗਏ ਆ ਨਹੀਂ ਨਹੀਂ ਅਸੀਂ ਤਾਂ ਦੇ ਭਾਈ ਪੱਟੀ ਬਣ ਕੇ ਲੈ ਕੇ ਆਏ ਆ ਕਿੰਨਾਂ ਨੂੰ ਨਹੀਂ ਦੱਸਿਆ ਕੁਝ ਵੀ ਵੀ ਅੱਖਾਂ ਬੰਨ ਕੇ ਲੈ ਆਏ ਇੱਥੇ ਜੀ ਅੱਛਾ ਚਲੋ ਭਾਈ ਜਿੱਦਾਂ ਚੱਲਦਾ ਕੰਮ ਪਰ ਉਸ ਤੋਂ ਪਹਿਲਾਂ ਇੱਕ ਵੱਡਾ ਜਿਹੜਾ ਬਿਆਨ ਆਇਆ ਨਾ ਜੀ ਕਿ ਭਾਈ ਜਿਹੜਾ ਕੇਂਦਰੀ ਜਲ ਰਾਜ ਮੰਤਰੀ ਆ ਕੇਂਦਰੀ ਰਾਜ ਮੰਤਰੀ ਜਿਹੜਾ ਉਹਨੇ ਕੱਲ ਇੱਕ ਗੱਲ ਕਹੀ ਆ ਸੁਸ਼ੀਲ ਰਿੰਕੂ ਜੀ ਦੇ ਸਵਾਲ ਦੇ ਜਵਾਬ 'ਚ ਜੀ ਉਹਨਾਂ ਕਹਿਆ ਕਿ ਵੇਖੋ ਪਾਣੀ ਸੁਭਾਈ ਮਸਲਾ ਹੈ ਕੇਂਦਰੇ ਦੇ 'ਚ ਦਖਲ ਨਹੀਂ ਦੇ ਸਕਦਾ ਅੱਛਾ ਜੀ ਹਾਂ ਜੀ ਖੁਦ ਕੇਂਦਰੀ ਰਾਜ ਮੰਤਰੀ ਕਹਿ ਰਿਹਾ ਹੈ ਨਾ ਉੱਥੇ ਚੀਜ਼ਾਂ ਰਿਕਾਰਡ ਤੇ ਹੋਣਗੀਆਂ ਨੇ ਹਾਂ ਜੀ ਉੱਥੇ ਰਿਕਾਰਡ ਤੇ ਤਾਂ ਬਹੁਤ ਸਿਰੇ ਵਾਲਾ ਰਿਕਾਰਡ ਹੈ ਹਾਂ ਜੀ ਮੈਂ ਸਮਝਦਾ ਕਿ ਮਾਨ ਸਾਹਿਬ ਜੀ ਇਸ ਕੱਲ ਨੂੰ ਆਧਾਰ ਬਣਾਉਣ ਕਿਉਂਕਿ ਉੱਥੇ ਖੱਟੜ ਸਾਹਿਬ ਆਪਣੀ ਭਾਜਪਾ ਸਰਕਾਰ ਦੇ ਮੰਤਰੀ ਦੀ ਗੱਲ ਕਿਵੇਂ ਚੁਟਕਲਾਉਣਗੇ ਤੇ ਫਿਰ ਨਾਲ ਇਤਿਹਾਸ ਵੀ ਫੁੱਲਿਆ ਜਾ ਸਕਦਾ ਕਿ ਇਹਦਾ ਮਤਲਬ ਕਿ ਸਾਡੇ ਨਾਲ ਉਹ ਜਿਹੜਾ ਨਾ ਜਿਵੇਂ ਤੂੰ ਕੀਤੀ بڑے ਸਾਹਿਬ ਨਾਲ ਕੀਤੀ ਨਾ ਜੀ ਜਿਹੜੀ ਤੂੰ ਕੀਤੀ ਸਾਡੇ ਨਾਲ ਵੱਡੀ ਸਾਹਿਬ ਨਾਲ ਕੀਤੀ ਜਿਵੇਂ ਦਿੱਲੀ ਤੂੰ ਪੰਜਾਬ ਨਾਲ ਕੀਤੀ ਜੀ ਸੋ ਗੱਲ ਇਹ ਆ ਕਿ ਫੇਰ ਤੁਸੀਂ ਉੱਥੇ ਇਤਿਹਾਸ ਦਾ ਵੀ ਤਾਣਾ ਬੁਣਦੇ ਹੋ ਸਾਰਾ ਜੀ ਕਿ ਬਾਈ ਸਾਡੇ ਨਾਲ ਫਿਰ ਤੁਸੀਂ ਅੱਜ ਤੱਕ ਤੱਕ ਹੀ ਕਰਦੇ ਰਹ ਜੇ ਧੱਕਾਇਆ ਬਾਜੀ ਧੱਕਾਇਆ ਤੇ ਕੋਹ ਖਟਰ ਨੂੰ ਖਟਰ ਪੰਜਾਬੀ ਆ ਉਹਨੂੰ ਪੰਜਾਬੀ ਗਾਣੇ ਗੁੰਝਾ ਹੁੰਦੇ ਹੋਣਗੇ ਸਮਝਦੇ ਹੋਣਗੇ ਜੀ ਪੰਜਾਬੀ ਆ ਨਾ ਖਟਰ ਪੰਜਾਬੀ ਬੋਲਦਾ ਹੈ ਬੜੀ ਵਧੀਆ ਉਹ ਪੰਜਾਬੀ ਚ ਗੱਲਾਂ ਕਰਦੇ ਨੇ ਉਹ ਨਹੀਂ ਮੈਨੂੰ ਨਹੀਂ ਸੀ ਪਤਾ ਮੈਂ ਕਦੇ ਗੱਲ ਹੀ ਨਹੀਂ ਕੀਤੀ ਨਾ 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 ਪੰਜਾਬੀ ਨੇ ਆਪਣੇ ਲੋ ਜਿਹੜੀਆਂ ਗੱਲਾਂ ਕੀ ਹੋਇਆ ਕੋਈ ਆਰਐਸਐਸਏ ਚ ਜਾਣ ਕਰਕੇ ਕੋਈ ਇਹ ਥੋੜੀ ਕਿਉਂ ਪੰਜਾਬੀ ਨਹੀਂ ਰਹਿ ਜਾਂਦਾ ਸੋ ਗੱਲ ਇਹ ਆ ਕਿ ਇਹ ਇੱਕ ਵਧੀਆ ਕਹ ਲਉ ਕਿ ਮੁੱਦਾ ਹੈਗਾ ਜਿਹੜਾ ਉੱਥੇ ਉਭਾਰਿਆ ਜਾ ਸਕਦਾ ਜੀ 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 ਚਲੋ ਦੇਖਦੇ ਆ ਮੀਟਿੰਗ ਦੇ ਵਿੱਚ ਕੀ ਨਿਬੜਦਾ ਹੁਣ ਤਾਂ ਮੀਟਿੰਗ ਤਾਂ ਹਲੇ ਦੂਰ ਆ ਵੈਸੇ ਪਰ ਆਪਣਾ ਹਫਤਾ ਨਿਬੜ ਗਿਆ ਜੀ 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 ਲੱਗਦਾ ਘੜੀ ਕਹਿ ਰਹੀ ਆ ਕੜੀ ਕਹ ਰਹੀ ਐ ਤੇ ਫਿਰ ਆਪਾਂ ਕੜੀ ਕਹ ਰਹੀ ਐ ਹਾਂਜੀ ਕੋਈ ਕਮੈਂਟ ਕਿਸੇ ਦਾ ਕੋਈ ਜ਼ਰੂਰੀ ਉਹ ਪੜਦੇ ਹੋ ਤੁਸੀਂ ਤਾਂ ਕਿ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਨਾ ਰਹੇ ਤੇ ਨਾਲ ਅਸੀਂ ਬੇਨਤੀ ਕਰਦੀ ਆ ਕਿ ਕੱਲ ਮਹਿਰਜੇਵੇਂ ਕਰਕੇ ਨਹੀਂ ਆਵਾਂਗਾ ਲਾਈਵ ਹਾਂ ਰਿਕਾਰਡਡ ਤੁਹਾਡੀ ਕਚਹਿਰੀ ਜਿਹਾ ਅਸੀਂ ਜ਼ਰੂਰ ਪੇਸ਼ ਹੋਵਾਂਗੇ ਜੀ 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 ਬਿੱਕਰ ਜੀ ਕਹ ਰਹੇ ਸੀਗੇ ਕਹਿੰਦੇ ਕਿ ਰਜਿਸਟਰੀਆਂ ਦਾ ਕੰਮ ਰੁਕਣ ਦੇ ਨਾਲ ਪੰਜਾਬ ਸਰਕਾਰ ਨੂੰ ਤਾਂ ਘਾਟਾ ਪੈਂਦਾ ਪਤਾ ਨਹੀਂ ਨਹੀਂ ਪੈਂਦਾ ਪਰ ਲੋਕ ਜ਼ਰੂਰ ਪਰੇਸ਼ਾਨ ਹੁੰਦੇ ਇਹਦੇ ਕਰਕੇ ਕਹਿੰਦੇ ਕਿ ਬਾਈ ਹਾਉ ਬ ਗੱਲ ਹੈ ਨਹੀਂ ਖਜ਼ਾਨੇ ਨੂੰ ਘਾਟਾ ਪਏਗਾ ਹਜ਼ੂਰ ਇੱਕ ਜਿਹੜੀ ਰਜਿਸਟਰੀ ਆ ਉਹਦੇ ਚ ਕਿੰਨੇ ਪਰਸੈਂਟ ਖਜ਼ਾਨੇ ਚ ਜਮਾ ਹੋਣਾ ਹੈ ਨਾ ਤੁਹਾਡਾ ਉਹ ਗੱਲ ਹੈ ਬਟੇ ਕਿਉਂ ਗੱਲ ਵਕਰੀ ਕਿ ਬੰਦੇ ਦੀ ਸਿਰ ਤੇ ਜੂਨੀ ਸਰਕਦੀ ਯਾ ਗੱਲ ਕਿ ਭਾਈ ਬਸ ਉਹ ਨਾ ਕਿਉਂ ਘਾਟਾ ਵੀ ਆ ਲੋ ਜਿਹੜਾ ਆਪਣਾ ਇੱਥੋਂ ਸਮਾਂ ਬਰਬਾਦ ਹੁੰਦਾ ਖੱਜਲ ਖਰੀ ਉਹ ਹੈ ਤੇ ਜਿਹੜਾ ਉਹ ਪੈਸਾ ਆਪਣੇ ਕੋਲ ਹੀ ਆਉਣਾ ਨਾ ਵਿਕਾਸ ਦੇ ਰੂਪ ਚ ਹਾਂਜੀ ਉਹ ਵੀ ਘਾਟਾ ਹੈ ਜੀ 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 ਦੋਹੇ ਪਾਸੇ ਜਨਤਾ ਨੂੰ ਘਾਟਾ ਜੇ ਹਾਂਜੀ 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 ਤੇ ਜਗਤਾਰ ਜੀ ਕਹ ਰਹੇ ਸੀ ਕਿ ਤੰਦ ਨਹੀਂ ਸਾਰੀ ਤਾਣੀ ਉਲਜੀ ਪਈ ਆ ਜੀ ਤੇ ਚਲੋ ਭਾਈ ਹੁਣ ਆਪਾਂ ਕੀ ਕਰ ਸਕਦੇ ਆ ਤਾਂ ਮਾਨ ਸਾਹਿਬ ਨੇ ਹੁਣ ਮਸਲੇ ਸੁਲਝਾਉਣੇ ਆ ਤੇ ਲਾਉਣ ਆਪਣਾ ਕੰਮ ਕਾਜ ਤੇ ਜੋਰ ਤੇ ਇਧਰੋਂ ਆਪਾਂ ਮਾਰੀ ਲੱਗ ਜਿਹੜਾ ਜੋਰਣਾ 2 ਸਾਲ ਐਵੇਂ ਇਧਰ ਉਧਰ ਵਿਆਹ ਉਹ ਵੇਖ ਲੈ ਸਾਰਾ ਕੁਝ ਹੋ ਗਿਆ ਚਲੋ ਇਹਨਾਂ ਦਾ ਵੀ ਪਰਿਵਾਰ ਭਾਈ ਸਭ ਰਾਜੀ ਖੁਸ਼ੀ ਆ ਤੇ ਹੁਣ ਇਧਰੋਂ ਲਾਉਣ ਤਿੰਨ ਕੁ ਸਾਲ ਲਾਉਣ ਜੋਰ ਮੈਂ ਸਮਝਦਾ ਇਹ ਮਾਨ ਸਾਹਿਬ ਦਾ ਨਾਮ ਸੁਨਹਿਰੀ ਅੱਖਰਾਂ ਚ ਲਿਖਿਆ ਜਾਏਗਾ ਜੀ ਜੇ ਹਿੰਮਤ ਮਾਰ ਕੇ ਪੰਜਾਬ ਦੇ ਇਸ ਫਸੇ ਗੱਡੇ ਨੂੰ ਕੱਢ ਦੇਣ ਤੇ ਜੀ ਗੁਜ਼ਾਰਿਸ਼ ਹੀ ਕਰ ਸਕਦੇ ਆ ਜੀ ਜੀ ਜੀ